हाँ जी, सारयां नूं सति श्री अकाल। मैं ताव क्रिएशन ते तुहाडा बहुत बहुत स्वागत है। अज असीं तुहानूं ये जैकट है जो इहदी जिहड़ी आ डिजाइन दे उत्ते कढ़ाई कीती है ये करके दिखाउने आ। ते ये पहलां प्लेन बनाई है, ते प्लेन बना के उहदे उत्ते असीं ये कढ़ाई कीती है, वह असीं अज तुहानूं ये कढ़ाई करके दिखाउने आ। हाँ जी, ये असीं जो कढ़ाई कीती है जैकट ते वह असीं हुण तुहानूं दिखाउण लगे आ कढ़ाई करके। तो ये असी जैकट देख पूरी तैयार कर ली पहला, तो ये अगे इस तरह डिजाइन पाया ये बुनती का। यह बुनती का डिजाइन भी मैं सोनू एक वीडियो पा दिनी हाँ। तो पूरी जैकट जिमें आप सिंपल एक रंग की ऊन की तैयार की उमें तैयार करनी है, उस तो बाद इस तरह कढ़ाई करनी है, वो मैं सोनू दिखाउनी हाँ। आ देखो ए डिजाइन पाया सारी च, इतें लंबी लैन है, इस तरह ही पिछे लंबी लैन पाई है, इस तरह हूँ मैं ये सोनू कढ़ाई करके दिखाऊंगी हाँ कढ़ाई करनी है। हाँ जी, ये कढ़ाई करने वास्ते मैं ये एंकर दियाँ बुछियां लिया ने तीन रंग दियाँ, देखो एक मैरून तो ब्लैक तो क्रीम, एक लिया ये सूई ली है, इस तरह की जिहड़ी पशम ते आपां सिउंदे आ ना वह सूई ली है मोटी, तो एक ली है कैंची। हुण सानूं कढ़ाई करके दिखाउने आ। हाँ जी, हुण इस तरह असीं शुरू करते हैं कढ़ाई करनी। आ देखो उपरों उपरों शुरू करनी है, तो जिहड़ी आ चीज़ आपां बनाई है डिजाइन इहदे नाल नाल चलना, तो उधरों जिहड़ा इधर आपां आ डिजाइन बनाया इहनूं आ चीज़ नूं छड्डना है, अद्धे कुंडे नूं छड्डना है, इत्थे इत्थे सूई पाउणी है एक एक दे विच, इस तरह। बहुत सिंपल है कढ़ाई, ये कोई भी औखी नहीं, पर डिजाइन बहुत सोहना बन जाता है। इस तरह आपां कढ़ाई करनी है, बाकी अपना धागे ते डिपेंड करदा वी असीं किन्ना क नेड़े सूई नूं लैके जाणा है, किन्नी क बिथ रखनी है, जिहड़ा कि अपना हेठली उन्न है जिहड़ी उह दिखाई ना देवे। आपां इह एंकर दी गुच्छी तों बिना आपां उन्न भी लै सकदे हां कढ़ाई करन वास्ते, जे आपां कोई उन्न दे कलर चों ही पाउणा तां आपां उह भी पा सकदे हां, पर मैं एंकर दी गुट्टी लई है। चलो जी, हुण ये कलर तो हो गया पूरा, हुण आपां इस तरह मैरून कलर ना इधरली साइड नूं ते कढ़ाई करांगे आ साइड ते। ये तुसीं कढ़ाई एक कलर च भी कर सकते हो, थोड़ी अपनी पसंद है। साढ़े बच्चे ने दो छोटे छोटे ये सानू वीडियो ना जो असं बना लगते हैं इन्होंने सानू जरूर तंग करना है।
ਅਸੀਂ ਬਹੁਤ ਟਾਲ ਕੇ ਇਹਨਾਂ ਨੂੰ ਵੀਡੀਓ ਬਣਾਉਣ ਲੱਗਦੇ ਆ ਪਰ ਤਾਂ ਵੀ ਇਹਨਾਂ ਦੀਆਂ ਆਵਾਜ਼ਾਂ ਵਿੱਚ ਆ ਹੀ ਜਾਂਦੀਆਂ ਨੇ। ਇਹਨਾਂ ਕਰਕੇ ਅਸੀਂ ਬਹੁਤਾ ਕੰਫਰਟੇਬਲ ਹੋ ਕੇ ਨਹੀਂ ਵੀਡੀਓ ਬਣਾ ਸਕਦੇ। ਥੋੜਾ ਜਿਹਾ ਅਸੀਂ ਇਹਨਾਂ ਦੇ ਵਿੱਚ ਹੀ ਉਲਝੇ ਕਈ ਬਣਾਉਂਦੇ ਆ। ਆ ਦੇਖੋ ਹੁਣ ਮੈਰੂਨ ਕਲਰ ਖਤਮ ਹੋ ਗਿਆ। ਹਾਂਜੀ ਹੁਣ ਆ ਅਸੀਂ ਕਰੀਮ ਰੰਗ ਪਾਇਆ ਤੇ ਹੁਣ ਇਹ ਇਸ ਤਰ੍ਹਾਂ ਕਰਨੀ ਹੈ ਇਹਦੀ ਕਢਾਈ। ਹਾਂਜੀ ਆ ਦੇਖੋ ਮੇਰੀ ਹੁਣ ਇੰਨੀ ਕਢਾਈ ਹੋ ਚੁੱਕੀ ਹੈ। ਹੁਣ ਮੈਂ ਤੁਹਾਨੂੰ ਇੱਕ ਡਿਜ਼ਾਈਨ ਦੇ ਉੱਤੇ ਹੋਰ ਕਢਾਈ ਕਰਕੇ ਦਿਖਾਉਂਦੀ ਹਾਂ ਇੱਕ ਵਾਰ ਫਿਰ। ਹੁਣ ਮੈਂ ਸਾਰੇ ਕਰ ਲਈ, ਪਿੱਛੇ ਵੀ ਕਰ ਲਈ ਸਾਰੀ ਲਾਈਨ 'ਤੇ ਇਸ ਤਰ੍ਹਾਂ। ਇਹ ਪਿਛਲਾ ਪਾਸਾ ਹੈ, ਪਹਿਲਾਂ ਵੀ ਦਿਖਾਇਆ ਤੁਹਾਨੂੰ। ਇਹ ਅਗਲਾ ਪਾਸਾ, ਹੁਣ ਇਹ ਆ ਦੋ ਰਹਿ ਗਏ ਡਿਜ਼ਾਇਨ ਕਢਾਈ ਕਰਨ ਵਾਲੇ। ਹੁਣ ਮੈਂ ਸਾਨੂੰ ਦੁਬਾਰਾ ਕਢਾ ਕੱਢ ਕੇ ਦਿਖਾਉਂਦੀ ਹਾਂ। ਇਹ ਜੇ ਤੁਸੀਂ ਕੋਈ ਵੀ ਕਲਰ ਦੀ ਜੈਕਟ ਬਣਾ ਸਕਦੇ ਹੋ ਅਤੇ ਉਹਦੇ ਉੱਤੇ ਰੰਗ ਵੀ ਕੋਈ ਵੀ ਜੋ ਆਪਦੀ ਮਰਜ਼ੀ ਦੇ ਸਜਾਉਣੇ ਨੇ ਉਹ ਸਜਾ ਸਕਦੇ ਹੋ। ਜੇ ਤੁਸੀਂ ਇਹਨਾਂ ਬਾਰੇ ਕੋਈ ਰਾਏ ਲੈਣੀ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਰਾਏ ਲੈ ਸਕਦੇ ਹੋ ਰੰਗਾਂ ਬਾਰੇ ਵੀ ਕਿਹੜੇ ਰੰਗ 'ਤੇ ਕਿਹੜਾ ਸਜੂਗਾ। ਹਾਂਜੀ ਇਹ ਹੁਣ ਬਲੈਕ ਵੀ ਪੂਰਾ ਹੋ ਗਿਆ। ਹੁਣ ਮੈਂ ਆਹ ਕਰੀਮ ਪਾਉਂਗੀ। ਇਹ ਕੁੰਡੀ ਤੋਪੇ ਨਾਲ ਬਣਾਉਣਾ ਹੁੰਦਾ ਹੈ ਕਿਉਂਕਿ ਇਹਦੀ ਗਲਾਈ ਕਰਨੀ ਹੁੰਦੀ ਹੈ ਨਾ। ਅਤੇ ਇਹ ਜਿਹੜੀ ਜੈਕਟ ਹੈ ਮੈਂ ਬੁਣੀ ਹੈ ਇਹ ਬਹੁਤ ਟਾਈਮ ਲੰਬਾ ਟਾਈਮ ਲੱਗਿਆ ਮੈਨੂੰ ਬਣਾਉਣ 'ਚ ਕਿਉਂਕਿ ਸਾਡੇ ਬੱਚੇ ਨੇ ਜਿਹੜੇ ਬਹੁਤ ਸ਼ਰਾਰਤੀ ਨੇ, ਗੋਲਾ ਹੱਥ 'ਚ ਆ ਜਾਵੇ ਤਾਂ ਸਾਰਾ ਉਲਝਾ ਕੇ ਰੱਖ ਦਿੰਦੇ ਸੀ। ਅਤੇ ਮੈਂ ਵੀਡੀਓ ਬਣਾਉਣੀ ਸੀ ਤਾਂ ਕਰਕੇ ਮੈਂ ਬੜੀ ਮੁਸ਼ਕਲ ਨਾਲ ਕੋਟੀ ਜੈਕਟ ਬਣਾਈ ਕਿ ਮੈਂ ਇਹ ਡਿਜ਼ਾਇਨ ਪਾ ਕੇ ਦਿਖਾਉਣਾ। ਇਹ ਵੀਡੀਓ ਬਣਾਉਣ ਵਾਸਤੇ ਮੈਨੂੰ ਬਹੁਤ ਲੰਬੀ ਵੇਟ ਕਰਨੀ ਪਈ। ਜਿੱਥੇ ਧਾਗਾ ਕੱਢਿਆ ਉੱਥੇ ਸੂਈ ਫਿਰ ਪਾ ਕੇ ਥੋੜ੍ਹਾ ਜਿਹਾ ਅੱਗੋਂ ਟਪਾ ਲੈਣਾ ਤਾਂ ਸੂਈ ਨੂੰ, ਫਿਰ ਇਹਨੂੰ ਇਸ ਤਰ੍ਹਾਂ ਕਰਕੇ ਫਿਰ ਇਹਨੂੰ ਥੋੜ੍ਹਾ ਜਿਹਾ ਇੱਥੇ ਜਿੱਥੋਂ ਸੂਈ ਕੱਢੀ ਹੈ ਇਸੇ ਥਾਂ ਫਿਰ ਪਾਉਣੀ ਹੈ। ਫਿਰ ਐਂ ਟੇਢਾ ਲੈ ਜਾਣਾ ਹੈ, ਐਂ ਕਰਦੇ ਕਰਦੇ ਇਹਦੀ ਗਲਾਈ ਬਣਾਉਣੀ ਹੈ ਕਿਉਂਕਿ ਇੱਕ ਬਿੰਦੂ ਜਿਹਾ ਬਣਾਉਣਾ ਹੈ ਆਪਾਂ। ਹਾਂਜੀ ਆ ਦੇਖੋ ਹੁਣ ਸਾਰਾ ਹੀ ਡਿਜ਼ਾਇਨ 'ਤੇ ਮੈਂ ਕਢਾਈ ਕਰਤੀ। ਹੁਣ ਇਹ ਜੈਕਟ ਪਾਉਣ ਵਾਸਤੇ ਬਿਲਕੁਲ ਤਿਆਰ ਹੋ ਗਈ ਅਤੇ ਹੁਣ ਤੁਸੀਂ ਇਹਨੂੰ ਚੰਗੀ ਤਰ੍ਹਾਂ ਦੇਖ ਸਕਦੇ ਹੋ।
ਜੇ ਤੁਹਾਨੂੰ ਇਹਦੇ ਵਿੱਚ ਕੁਛ ਨਾ ਸਮਝ ਆਇਆ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਪੁੱਛਿਓ, ਕਿਉਂਕਿ ਮੈਂ ਇਹ ਜੈਕਟ ਬਣਾਉਣ 'ਤੇ ਬਹੁਤ ਮਿਹਨਤ ਕੀਤੀ ਹੈ। ਆ ਦੇਖੋ ਇਹ ਅਗਲਾ ਪਾਸਾ ਹੋ ਗਿਆ ਔਰ ਆਹ ਹੋ ਗਿਆ ਪਿਛਲਾ ਪਾਸਾ। ਇਹ ਮੀਡੀਅਮ ਸਾਈਜ਼ ਦੀ ਜੈਕਟ ਬਣਾਈ ਹੈ ਮੈਂ ਅਤੇ ਇਹਦੇ ਵਿੱਚ ਜੋ ਵੀ ਤੁਸੀਂ ਪੁੱਛਣਾ ਹੋਵੇ ਕਮੈਂਟ ਕਰਕੇ ਜ਼ਰੂਰ ਪੁੱਛਿਓ। ਅਤੇ ਆਹ ਮੈਂ ਇਹਦੇ ਜੇਬਾਂ ਲਾਈਆਂ ਨੇ, ਜੇਬਾਂ ਦੇ ਉੱਤੇ ਵੀ ਕਢਾਈ ਕੀਤੀ ਹੈ ਇਸ ਤਰ੍ਹਾਂ। ਆਹ ਦੋ ਡਿਜ਼ਾਇਨ ਜੇਬਾਂ 'ਚ ਆ ਗਏ, ਤਿੰਨ ਜੇ ਇਹ ਤੁਸੀਂ ਜੈਕਟ ਮੈਨੂੰ ਆਸ ਹੈ ਕਿ ਤੁਸੀਂ ਜ਼ਰੂਰ ਬਣਾਉਣ ਦੀ ਕੋਸ਼ਿਸ਼ ਕਰੋਗੇ, ਬਣਾਓਗੇ ਕਿਉਂਕਿ ਡਿਜ਼ਾਇਨ ਬਹੁਤ ਸੋਹਣਾ ਲੱਗਦਾ। ਜੇ ਤੁਹਾਨੂੰ ਕੁਛ ਨਾ ਸਮਝ ਆਇਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਪੁੱਛਿਓ। ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ। ਤੁਸੀਂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਔਰ ਲਾਈਕ ਜ਼ਰੂਰ ਕਰਿਓ। ਜੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਤੁਸੀਂ ਇਹਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ।